ਸਲਾਮ ਨਮਸਤੇ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਸਾਡੇ ਸ਼ੋਅ ਦੇ ਵਿੱਚ, ਡਰਾਈਵ ਟਾਈਮ ਦੇ ਵਿੱਚ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਕੂਲਿੰਗ ਸਿਸਟਮ ਬਾਰੇ। ਤੁਹਾਨੂੰ ਸਮਝਾਵਾਂਗੇ ਕਿ ਕੂਲਿੰਗ ਸਿਸਟਮ ਕਿੱਦਾਂ ਕੰਮ ਕਰਦਾ ਹੈ, ਉਸ ਦੇ ਵਿੱਚ ਕੀ ਕੀ ਕੰਪੋਨੈਂਟ ਯੂਜ਼ ਹੁੰਦੇ ਹਨ, ਕਿ ਅਗਰ ਕੂਲਿੰਗ ਸਿਸਟਮ ਦੇ ਵਿੱਚ ਕੋਈ ਚੀਜ਼ ਫੇਲੀਅਰ ਹੁੰਦੀ ਹੈ ਤਾਂ ਉਸ ਦੇ ਕੀ ਡੈਮੇਜਸ ਅਤੇ ਕੀ ਹੁੰਦਾ ਹੈ, ਕਿ ਗੱਡੀ ਦੇ ਵਿੱਚ ਕੀ ਨੁਕਸਾਨ ਕਰ ਸਕਦੇ ਹਨ। ਸੋ ਆਪਾਂ ਸਮਾਂ ਨਹੀਂ ਵੇਸਟ ਕਰਦੇ, ਅਸੀਂ ਸ਼ੁਰੂਆਤ ਕਰਦੇ ਹਾਂ ਸਾਡੇ ਅੱਜ ਦੇ ਸ਼ੋਅ ਦੀ ਅਤੇ ਅੱਜ ਦੇ ਟੌਪਿਕ ਦੇ ਬਾਰੇ ਵਿੱਚ, ਜੋ ਕਿ ਹੈ ਕੂਲਿੰਗ ਸਿਸਟਮ ਬਾਰੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਕੂਲਿੰਗ ਸਿਸਟਮ ਹੈ ਕੀ, ਕਿ ਇਸ ਦੇ ਕੰਪੋਨੈਂਟਸ ਹੁੰਦੇ ਕੀ ਹਨ। ਕੂਲਿੰਗ ਸਿਸਟਮ ਬੇਸਿਕਲੀ ਸਰਵਰ ਕੰਪੋਨੈਂਟਸ ਦੇ ਨਾਲ ਜੁਆਇੰਟ ਹੁੰਦਾ ਹੈ। ਸਭ ਤੋਂ ਪਹਿਲਾਂ ਜੋ ਕਿ ਕੂਲੈਂਟ ਹੈ, ਕੂਲੈਂਟ ਹੈ ਕਿ ਉਹ ਸਰਕੂਲੇਟ ਹੁੰਦਾ ਰੇਡੀਏਟਰ ਦੇ ਥਰੂ, ਇੰਜਨ ਦੇ ਵਿੱਚ ਨਹੀਂ ਜਾ ਕੇ, ਸਿਲੰਡਰ ਦੇ ਹੋਲਸ ਹੁੰਦੇ ਹਨ, ਹੋਲਸ ਦੇ ਵਿੱਚ ਨਹੀਂ ਜਾ ਕੇ ਹੀਟ ਨੂੰ ਅਬਜ਼ਰਬ ਕਰਦਾ ਹੈ, ਤਾਂ ਕਿ ਉਹ ਹੀਟ ਟ੍ਰਾਂਸਫਰ ਹੁੰਦੀ ਹੈ। ਬੇਸਿਕਲੀ ਹੀਟ ਟ੍ਰਾਂਸਫਰ ਕਰਨ ਦਾ ਜ਼ਰੀਆ ਹੁੰਦਾ ਹੈ ਕਿ ਤੁਹਾਡੇ ਇੰਜਨ ਨੂੰ ਇੱਕ ਸੀਮਿਤ ਤਾਪਮਾਨ 'ਤੇ ਰੱਖੇ। ਇਸ ਦੇ ਵਿੱਚ ਇੱਕ ਰੇਡੀਏਟਰ ਫੈਨ ਹੁੰਦਾ ਹੈ। ਫੈਨ ਜੋ ਕਿ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਤਾਂ ਜੋ ਕਲੱਚ ਟਾਈਪ ਫੈਨ ਹੁੰਦਾ ਹੈ ਜੋ ਬੈਲਟ ਡਰਾਈਵ ਹੁੰਦਾ ਹੈ, ਅਤੇ ਦੂਸਰਾ ਇਲੈਕਟ੍ਰਿਕ ਫੈਨ ਹੁੰਦਾ ਹੈ। ਜੋ ਇਲੈਕਟ੍ਰਿਕ ਫੈਨ ਉਹ ਅੱਜ ਕੱਲ੍ਹ ਨਵੀਆਂ ਗੱਡੀਆਂ ਵਿੱਚ ਯੂਜ਼ ਹੁੰਦੇ ਹਨ, ਅਤੇ ਪੁਰਾਣੀਆਂ ਵਿੱਚ ਮਕੈਨੀਕਲ ਫੰਕਸ਼ਨ ਹੁੰਦੇ ਹਨ। ਉੱਥੇ ਵਾਟਰ ਪੰਪ ਹੁੰਦਾ ਹੈ ਅਤੇ ਥਰਮੋਸਟੈਟ ਹੁੰਦਾ ਹੈ। ਥਰਮੋਸਟੈਟ ਜੋ ਹੈ, ਥਰਮੋਸਟੈਟ ਉਸ ਗੱਡੀ ਦੇ ਟੈਂਪਰੇਚਰ ਨੂੰ ਇੱਕ ਸੀਮਿਤ ਤਾਪਮਾਨ 'ਤੇ ਰੱਖਦਾ ਹੈ, ਜੋ ਕਿ 100°C ਹੁੰਦਾ ਹੈ। ਇਸ ਬਾਰੇ ਤੁਹਾਨੂੰ ਵਿਸਥਾਰ ਵਿੱਚ ਰੇਡੀਏਟਰ ਜੋ ਕਿ ਤੁਹਾਡਾ ਜੋ ਕੂਲੈਂਟ ਹੈ ਉਸਨੂੰ ਠੰਡਾ ਕਰਦਾ ਹੈ, ਅਤੇ ਉਸਦੇ ਨਾਲ ਐਕਸਪੈਂਸ਼ਨ ਲੱਗਦਾ, ਰੈਜ਼ਰਵਰ ਕਹਿੰਦੇ ਹਨ। ਰੈਜ਼ਰਵਰ ਬੇਸਿਕਲੀ ਐਕਸਟਰਾ ਕੂਲੈਂਟ ਹੁੰਦਾ ਹੈ, ਕਿ ਅਗਰ ਤੁਹਾਡਾ ਕੂਲੈਂਟ ਘੱਟ ਜਾਂਦਾ ਹੈ ਤਾਂ ਉਹ ਰੇਡੀਏਟਰ ਦੇ ਵਿੱਚ ਰੈਜ਼ਰਵਰ ਟੈਂਪਰ ਹੁੰਦਾ ਹੈ। ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਕੂਲਿੰਗ ਸਿਸਟਮ ਕਿਸ ਤਰ੍ਹਾਂ ਕੰਮ ਕਰਦਾ ਹੈ। ਬੇਸਿਕਲੀ ਕੂਲਿੰਗ ਸਿਸਟਮ ਜੋ ਹੈ ਉਹ ਤੁਹਾਡੇ ਇੰਜਨ ਦੇ ਵਿੱਚ ਸਰਕੂਲੇਟ ਕਰਦਾ ਹੈ, ਕਿ ਜਦੋਂ ਤੁਹਾਡੇ ਇੰਜਨ ਦਾ ਟੈਂਪਰੇਚਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਉਹ ਕੂਲਿੰਗ ਸਿਸਟਮ ਜੋ ਹੈ ਕਿ ਉਹ ਉਸਦੀ ਹੀਟ ਅਬਜ਼ਰਬ ਕਰਕੇ ਰੇਡੀਏਟਰ ਦੇ ਥਰੂ ਉਸ ਹੀਟ ਨੂੰ ਟ੍ਰਾਂਸਫਰ ਕਰਦਾ ਹੈ। ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਵੀਡੀਓ ਦੇ ਵਿੱਚ ਜੋ ਕਿ ਬਲੂ ਲਾਈਨ ਹੈ, ਇਹ ਇੱਕ ਨੋਰਮਲ ਟੈਂਪਰੇਚਰ ਦੇ ਉੱਤੇ ਫਲੋ ਕਰ ਰਿਹਾ ਕੂਲੈਂਟ ਹੈ, ਜੋ ਕਿ ਤੁਹਾਡੇ ਰੇਡੀਏਟਰ ਤੋਂ ਹੋ ਕੇ ਇੰਜਨ ਸਿਲੰਡਰ ਬੋਰਸ ਦੇ ਅਰਾਊਂਡ ਜਾ ਕੇ ਉਹਨਾਂ ਦਾ ਟੈਂਪਰੇਚਰ ਸੀਮਿਤ ਰੱਖਦਾ, ਕਿਉਂਕਿ ਜਦੋਂ ਇੰਜਨ ਤੁਹਾਡਾ ਚੱਲ ਰਿਹਾ ਹੁੰਦਾ ਹੈ ਤਾਂ ਉਸ ਦੀ ਫਰੈਕਸ਼ਨ ਦੇ ਨਾਲ ਹੀਟ ਬਹੁਤ ਜ਼ਿਆਦਾ ਪ੍ਰੋਡਿਊਸ ਹੁੰਦੀ ਹੈ, ਤਾਂ ਅਗਰ ਜ਼ਿਆਦਾ ਹੀਟ ਹੋ ਜਾਂਦੀ ਹੈ ਤਾਂ ਮੈਟਲ ਜੋ ਕਿ ਮੈਲਟ ਹੋਣਾ ਚਾਹੀਦਾ, ਤਾਂ ਉਸਨੂੰ ਸੀਮਿਤ ਟੈਂਪਰੇਚਰ 'ਤੇ ਰੱਖਣ ਦੇ ਲਈ ਕੂਲਿੰਗ ਸਿਸਟਮ ਦਾ ਹੋਣਾ ਬਹੁਤ ਜ਼ਰੂਰੀ ਹੈ। ਕੂਲਿੰਗ ਸਿਸਟਮ ਦੇ ਵਿੱਚ ਜੋ ਮੇਨ ਆਉਂਦਾ ਹੈ ਉਹ ਹੈ ਵਾਟਰ ਪੰਪ। ਵਾਟਰ ਪੰਪ ਜੋ ਕਿ ਪਾਣੀ ਨੂੰ ਸਰਕੂਲੇਟ ਕਰਦਾ ਰਹਿੰਦਾ ਹੈ, ਅਤੇ ਬੇਸਿਕਲੀ ਇਹ ਕੀ ਕਰਦਾ ਹੈ ਕਿ ਤੁਹਾਡੇ ਜੋ ਸਿਲੰਡਰ ਹੈਡ ਦੇ ਬੋਰਸ ਹਨ, ਬੋਰਸ ਦੇ ਵਿੱਚੋਂ ਉਸ ਪਾਣੀ ਨੂੰ ਸਰਕੂਲੇਟ ਕਰਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਥਰਮੋਸਟੈਟ। ਥਰਮੋਸਟੈਟ ਜੋ ਕਿ ਇੱਕ ਬੜਾ ਹੀ ਮੇਨ ਕੰਪੋਨੈਂਟ ਹੈ। ਬੇਸਿਕਲੀ ਥਰਮੋਸਟੈਟ ਤਾਂ ਯੂਜ਼ ਕੀਤਾ ਜਾਂਦਾ ਹੈ ਕਿਉਂਕਿ ਤੁਹਾਡੀ ਗੱਡੀ ਨੂੰ ਨੋਰਮਲੀ ਆਪਰੇਟ ਕਰਨ ਦੇ ਲਈ 180 to 220 degrees ਦਾ ਟੈਂਪਰੇਚਰ ਚਾਹੀਦਾ ਹੈ, ਤਾਂ ਇਸ ਟੈਂਪਰੇਚਰ ਨੂੰ ਅਸੀਮਿਤ ਰੱਖਣ ਦੇ ਲਈ ਜੋ ਕਿ ਥਰਮੋਸਟੈਟ ਹੈ ਉਹ ਯੂਜ਼ ਕੀਤਾ ਜਾਂਦਾ ਹੈ। ਥਰਮੋਸਟੈਟ ਉਦੋਂ ਓਪਨ ਹੁੰਦਾ ਹੈ ਕਿ ਜਦੋਂ ਤੁਹਾਡਾ ਟੈਂਪਰੇਚਰ 180 to 220 degrees ਦੇ ਵਿੱਚ ਆ ਜਾਂਦਾ ਹੈ। ਉਸ ਤੋਂ ਪਹਿਲਾਂ ਇਹ ਬੰਦ ਹੁੰਦਾ ਹੈ, ਤਾਂ ਬੇਸਿਕਲੀ ਜੋ ਤੁਹਾਡਾ ਵਾਟਰ ਹੈ ਉਹ ਸਿਰਫ ਇੰਜਨ ਦੇ ਵਿੱਚੋਂ ਹੀ ਸਰਕੂਲੇਟ ਹੁੰਦਾ ਰਹਿੰਦਾ ਹੈ ਵਾਟਰ ਪੰਪ ਦੇ ਜ਼ਰੀਏ ਦੇ ਨਾਲ। ਇਹ ਕੂਲਿੰਗ ਸਿਸਟਮ ਜੋ ਹੈ ਕਿ ਉਹ ਹਮੇਸ਼ਾ ਹੀ ਆਲ ਦਾ ਟਾਈਮ ਤੁਹਾਡਾ ਇੰਜਨ ਨੂੰ ਕੂਲ ਨਹੀਂ ਕਰਦਾ ਹੈ, ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਇੰਜਨ ਨੂੰ ਇੱਕ ਰੈਗੂਲੇਟਰ ਟੈਂਪਰੇਚਰ ਦੇ ਉੱਤੇ ਓਪਰੇਟ ਕਰਨਾ ਪੈਂਦਾ ਹੈ। ਰੈਗੂਲਰ ਟੈਂਪਰੇਚਰ ਦੇ ਉੱਤੇ ਤਦੇ ਹੀ ਓਪਰੇਟ ਕਰਨਾ ਪੈਂਦਾ ਹੈ, ਕਿਉਂਕਿ ਜੋ ਏਅਰ ਫਿਊਲ ਮਿਕਸਚਰ ਹੈ ਉਹ ਅਗਰ ਗੱਡੀ ਤੁਹਾਡੀ ਹਰ ਵਕਤ ਠੰਡੀ ਰਹੇਗੀ ਤਾਂ ਉਹ ਪ੍ਰੋਪਰਲੀ ਬਰਨ ਨਹੀਂ ਹੋਏਗਾ, ਅਤੇ ਤੁਹਾਡਾ ਪਰਫੋਰਮੈਂਸ ਨਹੀਂ ਹੋਏਗੀ। ਸੋ ਹੁਣ ਅਸੀਂ ਅੱਗੇ ਵੱਧਦੇ ਹਾਂ, ਤੁਹਾਨੂੰ ਦੱਸਦੇ ਹਾਂ ਕਿ ਵਾਟਰ ਪੰਪ। ਵਾਟਰ ਪੰਪ ਜੋ ਹੈ ਉਹ ਬੇਸਿਕਲੀ ਸਰਕੂਲੇਟ ਕਰਕੇ ਤੁਹਾਡਾ ਜੋ ਕੂਲੈਂਟ ਹੈ ਉਸਨੂੰ, ਪਹਿਲਾਂ ਤਾਂ ਜਦੋਂ ਗੱਡੀ ਠੰਡੀ ਹੁੰਦੀ ਹੈ ਤਾਂ ਇੰਜਨ ਦੇ ਵਿੱਚ ਹੀ ਅੰਦਰੂਨੀ ਹੀ ਸਰਕੂਲੇਟ ਕਰਦਾ ਹੈ, ਅਤੇ ਜਿਉਂ ਹੀ ਗੱਡੀ ਗਰਮ ਹੋਣੀ ਸ਼ੁਰੂ ਹੋ ਜਾਂਦੀ ਹੈ ਥਰਮੋਸਟੈਟ ਦੇ ਹੈਲਪ ਦੇ ਨਾਲ, ਜੋ ਕੀ ਹੈ ਉਹ ਰੈਗੂਲੇਟ ਕਰਦਾ ਜੋ ਥਰਮੋਸਟੈਟ ਟੈਂਪਰੇਚਰ ਨੂੰ, ਉਸ ਦੇ ਜ਼ਰੀਏ ਦੇ ਨਾਲ ਉਹ ਟ੍ਰਾਂਸਫਰ ਕਰਦਾ ਹੈ ਉਸ ਹਾਟ ਟੈਂਪਰੇਚਰ ਨੂੰ ਰੇਡੀਏਟਰ ਦੇ ਵਿੱਚ। ਇਸੇ ਤਰ੍ਹਾਂ ਹੀ ਇਹ ਸਿਸਟਮ ਨੋਰਮਲੀ ਚੱਲਦਾ ਰਹਿੰਦਾ ਹੈ। ਥਰਮੋਸਟੈਟ ਜੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਪਰਿੰਗ ਲੋਡਡ ਹੁੰਦਾ ਹੈ। ਥਰਮੋਸਟੈਟ ਬੇਸਿਕਲੀ ਇਸ ਤਰ੍ਹਾਂ ਕੰਮ ਕਰਦਾ ਹੈ ਕਿ ਜਦੋਂ ਟੈਂਪਰੇਚਰ ਉਸ ਦੇ ਵਿੱਚ 180 degrees ਹੋ ਜਾਂਦਾ ਹੈ ਤਾਂ ਜੋ ਥਰਮੋਸਟੈਟ ਹੈ ਉਹ ਕਲੈਪਸ ਹੋ ਜਾਂਦਾ ਹੈ। ਕਲੈਪਸ ਹੋਣ ਦੇ ਨਾਲ ਉਹ ਓਪਨ ਅਪ ਹੋ ਜਾਂਦਾ ਹੈ, ਤਾਂ ਜੋ ਹੀਟਡ ਟੈਂਪਰੇਚਰ ਵਾਟਰ ਹੁੰਦਾ ਹੈ ਉਹ ਰੇਡੀਏਟਰ ਦੇ ਵਿੱਚ ਚਲਾ ਜਾਂਦਾ ਹੈ।
ਤਾਂ ਇਸ ਨੂੰ ਕੂਲ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਇੱਕ ਫੈਨ ਯੂਜ਼ ਕੀਤਾ ਹੈ। ਮੋਸਟਲੀ ਨਵੀਆਂ ਗੱਡੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਕਿ ਇਲੈਕਟ੍ਰੋਨਿਕ ਫੈਨ ਯੂਜ਼ ਕੀਤੇ ਜਾਂਦੇ ਹਨ, ਜੋ ਕਿ ਏਅਰ ਬਲੋ ਦੇ ਨਾਲ ਤੁਹਾਡਾ ਜੋ ਰੇਡੀਏਟਰ ਦੇ ਵਿੱਚ ਕੂਲੈਂਟ ਹੁੰਦਾ ਹੈ ਉਸ ਨੂੰ ਕੂਲ ਆਫ ਕਰਦਾ ਹੈ ਅਤੇ ਉਹ ਵਾਪਸ ਸਰਕੂਲੇਟ ਹੋਣਾ ਸ਼ੁਰੂ ਕਰ ਦਿੰਦਾ ਹੈ ਇੰਜਨ ਦੇ ਵਿੱਚ। ਇਹ ਜੋ ਇੱਕ ਪ੍ਰਕਿਰਿਆ ਹੈ ਇਹ ਇਸੇ ਤਰ੍ਹਾਂ ਹੀ ਚੱਲਦੀ ਰਹਿੰਦੀ ਹੈ, ਬੈਕ ਐਂਡ ਫੋਰਥ, ਇੰਜਨ ਟੂ ਰੇਡੀਏਟਰ, ਰੇਡੀਏਟਰ ਟੂ ਇੰਜਨ, ਇਸੇ ਤਰ੍ਹਾਂ ਹੀ ਇਹ ਸਭ ਕੁਛ ਚੱਲਦਾ ਰਹਿੰਦਾ ਹੈ। ਮੈਂ 2 ਮਿੰਟ ਲਈ ਇੱਥੇ ਤੁਹਾਨੂੰ ਇਹ ਪੂਰੀ ਜੋ ਇਸ ਵਕਤ ਐਨੀਮੇਸ਼ਨ ਚੱਲ ਰਹੀ ਹੈ ਇਸ ਦੇ ਉੱਤੇ ਦੱਸਦਾ। ਅਸੀਂ ਅੱਗੇ ਵੱਧਦੇ ਹਾਂ, ਕੁਛ ਹੀ ਮਿੰਟਾਂ ਦੇ ਵਿੱਚ ਤੁਹਾਨੂੰ ਥਰਮੋਸਟੈਟ ਦੀ ਆਪਰੇਸ਼ਨ ਪ੍ਰੋਪਰਲੀ ਦੱਸਾਂਗੇ ਕਿ ਥਰਮੋਸਟੈਟ ਕਿਸ ਤਰ੍ਹਾਂ ਕੰਮ ਕਰਦਾ ਹੈ। ਬੇਸਿਕਲੀ ਤੁਸੀਂ ਦੇਖ ਸਕਦੇ ਹੋ ਕਿ ਇਹ ਹੁਣ ਕਲੋਜ਼ਿੰਗ ਲੂਪ ਦੇ ਵਿੱਚ ਥਰਮੋਸਟੈਟ ਹੈ, ਮੀਨਸ ਕਿ ਜੋ ਵਾਟਰ ਹੈ ਉਹ ਸਰਕੂਲੇਟ ਨਹੀਂ ਹੋ ਰਿਹਾ। ਬੇਸਿਕਲੀ ਥਰਮੋਸਟੈਟ ਉਸ ਤਰ੍ਹਾਂ ਉਸੇ ਟਾਈਮ ਹੀ ਓਪਨ ਹੋਏਗਾ ਜਦੋਂ ਤੁਹਾਡਾ ਟੈਂਪਰੇਚਰ ਹੈ 180 ਡਿਗਰੀ 'ਤੇ ਆ ਜਾਏਗਾ, ਅਤੇ ਉਹ ਵਾਪਸ ਤੁਹਾਡਾ ਜੋ ਓਪਨ ਹੋ ਕੇ ਰੇਡੀਏਟਰ ਦੇ ਵਿੱਚ ਉਸਨੂੰ ਕੂਲੈਂਟ ਨੂੰ ਭੇਜਣਾ ਸ਼ੁਰੂ ਕਰ ਦੇਗਾ। ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਬੇਸਿਕਲੀ ਇੱਕ ਸਪਰਿੰਗ ਹੈ, ਸਪਰਿੰਗ ਜੋ ਕਿ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਹਰ ਹੁੰਦਾ ਸਪਰਿੰਗ ਕਲੈਪਸ ਹੋਣਾ ਸ਼ੁਰੂ ਹੁੰਦਾ ਹੈ, ਜਿਸ ਤਰ੍ਹਾਂ ਇੱਕ ਸਪਰਿੰਗ ਕਲੈਪਸ ਹੁੰਦਾ ਹੈ ਕਲੈਪਸ ਹੋਣ ਦੇ ਨਾਲ ਥਰਮੋਸਟੈਟ ਦੀ ਜੋ ਬਾਡੀ ਹੈ ਉਹ ਓਪਨ ਹੋ ਜਾਂਦੀ ਹੈ। ਓਪਨ ਹੋਣ ਦੇ ਨਾਲ ਕੀ ਹੈ ਕਿ ਫਲੋ ਹੈ ਜੋ ਆਪਣਾ ਰੇਡੀਓ ਇੰਜਨ ਦੇ ਉੱਤੋਂ ਜੋ ਆਉਂਦਾ ਹੈ ਉਸਦਾ ਵਾਪਸ ਜਾਣਾ ਸ਼ੁਰੂ ਹੋ ਜਾਂਦਾ ਹੈ। ਜਿੱਥੇ ਤੁਹਾਨੂੰ ਦਿਖਾਏਗਾ ਕਿ ਇਸ 80 ਡਿਗਰੀ ਸੈਲਸੀਅਸ USA ਦੇ ਵਿੱਚ ਅਸੀਂ ਫੈਰਨਹਾਈਟ ਯੂਜ ਕਰਦੇ ਹਾਂ, ਜੋ ਕਿ ਤੁਸੀਂ ਫੀਡਬੈਕ ਲੂਪ ਕਹਿੰਦੇ ਹਨ ਕਿ ਕਿਸ ਟਾਈਮ ਕਰਦੇ ਜੋ ਕੂਲਿੰਗ ਸਿਸਟਮ ਦੇ ਵਿੱਚੋਂ ਜੋ ਵਾਟਰ ਰੇਡੀਏਟਰ ਨੂੰ ਜਾਂਦਾ ਹੈ ਅਤੇ ਕਿਸ ਟਾਈਮ 'ਤੇ ਉਹ ਨਹੀਂ ਜਾਂਦਾ। ਜਿਸ ਤਰ੍ਹਾਂ ਕਿ ਦੱਸਿਆ ਗਿਆ ਕਿ 80 ਡਿਗਰੀ ਸੈਲਸੀਅਸ ਤੋਂ ਬਿਲੋ ਟੈਂਪਰੇਚਰ ਹੋਏਗਾ ਤਾਂ ਥਰਮੋਸਟੈਟ ਬੰਦ ਰਹੇਗਾ, ਉਸ ਤੋਂ ਉੱਪਰ ਹੋਏਗਾ ਤਾਂ ਥਰਮੋਸਟੈਟ ਓਪਨ ਹੋ ਕੇ ਤੁਹਾਡੀ ਜੋ ਕੂਲਿੰਗ ਸਰਕੂਲੇਸ਼ਨ ਹੈ ਉਸਨੂੰ ਸਰਕੂਲੇਟ ਕਰਦਾ ਹੈ। ਤਸਵੀਰਾਂ ਜੋ ਅਸੀਂ ਤੁਹਾਨੂੰ ਵਿਸਤਾਰ ਨਾਲ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਹੈ ਥਰਮੋਸਟੈਟ ਦੀ ਅਪਰ ਹੋਲਡਿੰਗ ਵਿੱਚ ਜਿਸ ਕਿ ਅਸੀਂ ਵਾਲਵ ਕਹਿੰਦੇ ਹਾਂ। ਇਹ ਇੱਕ ਮੈਟੈਲਿਕ ਪੀਸ ਹੁੰਦਾ ਹੈ ਅਤੇ ਇਸ ਦੇ ਆਲੇ ਦੁਆਲੇ ਇੱਕ ਰਬੜ ਸੀਲ ਲੱਗੀ ਹੁੰਦੀ ਹੈ। ਸੋ ਬੇਸਿਕਲੀ ਇਸ ਦੇ ਨਾਲ ਸੀਲ ਦੇ ਨਾਲ ਕੀ ਹੁੰਦਾ ਕਿ ਜੋ ਥਰਮੋਸਟੈਟ ਹੈ ਉਹ ਓਪਨ ਕਲੋਜ਼ ਹੋਣ ਦੇ ਵਿੱਚ ਇਸਨੂੰ ਮਦਦ ਕਰਦਾ ਹੈ ਅਤੇ ਇਸ ਦੇ ਜ਼ਰੀਏ ਦੇ ਨਾਲ ਹੀ ਅਸੀਂ ਬਲੋਕ ਅਨਬਲੋਕ ਕਰਦੇ ਹਾਂ ਰੇਡੀਏਟਰ। ਜੋ ਆਊਟਰ ਸੀਲ ਹੈ ਇਹ ਬੇਸਿਕਲੀ ਹਾਊਸਿੰਗ ਸੀਲ ਹੁੰਦੀ ਹੈ ਤਾਂ ਕਿ ਜੋ ਤੁਹਾਡੀ ਕੂਲਿੰਗ ਸਿਸਟਮ ਹੈ ਉਹ ਲੀਕ ਨਾ ਹੋਵੇ, ਕਿਉਂਕਿ ਥਰਮੋਸਟੈਟਿਕ ਹਾਊਸਿੰਗ ਇੱਕ ਗੈਸ ਚਾਹੀਦਾ ਹੁੰਦਾ। ਸੋ ਇਸ ਪਿਕਚਰ ਵਿੱਚ ਸ਼ੋ ਕਰ ਕਿ ਇੱਕ ਸੀਲ ਯੂਜ਼ ਕਰਦੇ ਹਾਂ, ਉਸ ਤੋਂ ਥੱਲੇ ਆ ਜਾਂਦਾ ਹੈ ਇਹ ਇੱਕ ਮੇਨ ਕੰਪੋਨੈਂਟ ਹੈ ਜੋ ਥਰਮੋਸਟੈਟ ਦਾ ਜੋ ਆਪਰੇਟਿੰਗ ਕੰਪੋਨੈਂਟ ਹੈ। ਇਸ ਦੇ ਥੱਲੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਲੋਜ਼ਿੰਗ ਵਾਲ ਲੱਗਿਆ ਹੈ ਅਤੇ ਉਸਦੇ ਵਿੱਚ ਸਪਰਿੰਗ ਹੈ। ਸੋ ਬੇਸਿਕਲੀ ਇਹ ਸਪਰਿੰਗ ਜੋ ਹੈ ਉਹ ਮੇਨ ਕੰਮ ਕਰਦਾ ਹੈ, ਇਸਨੂੰ 4 ਸਿਲੰਡਰ ਕਿਹਾ ਜਾਂਦਾ ਹੈ। 4 ਸਿਲੰਡਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਜ਼ਰੀਏ ਦੇ ਨਾਲ ਹੀ ਅਸੀਂ ਓਪਨ ਅਤੇ ਕਲੋਜ਼ ਕਰਦੇ ਹਾਂ। ਸੋ ਬੇਸਿਕਲੀ 4 ਸਿਲੰਡਰ ਕਿਸ ਤਰ੍ਹਾਂ ਕੰਮ ਕਰਦਾ ਹੈ ਕਿ ਜਦੋਂ ਟੈਂਪਰੇਚਰ 180 ਡਿਗਰੀ 'ਤੇ ਚਲਾ ਜਾਂਦਾ ਹੈ ਤਾਂ ਜੋ ਸਪਰਿੰਗ ਤੁਸੀਂ ਦੇਖ ਸਕਦੇ ਹੋ ਸਪਰਿੰਗ ਕਲੈਪਸ ਹੋ ਜਾਂਦਾ ਹੈ। ਇਸ ਦੇ ਕਲੈਪਸ ਹੋਣ ਦੇ ਨਾਲ ਜੋ ਉੱਪਰਲਾ ਵਾਲਵ ਹੈ ਇਹ ਵਾਲਵ ਓਪਨ ਹੋ ਜਾਏਗਾ ਅਤੇ ਇਹ ਵਾਲਵ ਓਪਨ ਹੋਣ ਦੇ ਨਾਲ ਹੀ ਜੋ ਤੁਹਾਡਾ ਫਲੋ ਹੈ ਕੂਲੈਂਟ ਦਾ ਇੰਜਨ ਟੂ ਰੇਡੀਏਟਰ ਉਹ ਸ਼ੁਰੂ ਹੋ ਜਾਏਗਾ। ਸੋ ਕੁਝ ਕਾਰਨ ਹੁੰਦੇ ਹਨ ਕਿ ਰੇਡੀਏਟਰ ਦੇ ਜਿਹਨੂੰ ਅਗਰ ਤੁਸੀਂ ਟੱਚ ਕਰੋ ਮੋਸਟ ਮਕੈਨਿਕ ਟੱਚ ਕਰਦੇ ਹਨ ਕਿ ਅਪਰ ਰੇਡੀਏਟਰ ਜੋ ਹੋਜ਼ ਹੈ ਉਹ ਠੰਡੇ ਪਾਰਟ ਨਾਲ ਹੀ ਹਾਰਡ ਹੁੰਦੀ ਹੈ ਅਤੇ ਕੁਝ ਚਾਂਸ ਦੇ ਹੁੰਦੇ ਕਿ ਜਦੋਂ ਤੁਹਾਡਾ ਥਰਮੋਸਟੈਟ ਸਟੱਕ ਹੋ ਜਾਂਦਾ ਹੈ ਕਿ ਓਪਨ ਕਲੋਜ਼ ਪ੍ਰੋਪਰਲੀ ਨਹੀਂ ਹੁੰਦਾ ਤਾਂ ਤੁਹਾਡੀ ਸਰਕੂਲੇਸ਼ਨ ਹੈ ਜੋ ਉਹ ਪ੍ਰੋਪਰਲੀ ਕਾਰਨ ਹੁੰਦਾ ਹੈ ਕਿ ਥਰਮੋਸਟੈਟ ਅਗਰ ਸਟੱਕ ਹੋ ਜਾਏ। ਅਗਰ ਸਟੱਕ ਓਪਨ ਹੋ ਜਾਓ ਤਾਂ ਤੁਹਾਡੀ ਗੱਡੀ ਪ੍ਰੋਪਰਲੀ ਵਾਰਮ ਅਪ ਨਹੀਂ ਹੋਊਗੀ ਅਤੇ ਤੁਹਾਡੀ ਫਿਊਲ ਐਫੀਸ਼ੈਂਸੀ ਹੈ ਜੋ ਉਹ ਬੜੀ ਘੱਟ ਆਏਗੀ, ਕਿਉਂਕਿ ਜੋ ਪ੍ਰੋਪਰ ਏਅਰ ਫਿਊਲ ਨੂੰ ਵਾਰਮ ਕਰਨ ਦੇ ਲਈ ਸਾਨੂੰ ਟੈਂਪਰੇਚਰ ਚਾਹੀਦਾ ਹੈ 80 ਡਿਗਰੀ ਸੈਲਸੀਅਸ ਅਤੇ 180 ਡਿਗਰੀ ਫੈਰਨਹਾਈਟ ਤੋਂ ਅਬਵ ਚਾਹੀਦਾ ਤਾਂ ਕਿ ਜੋ ਪ੍ਰੋਪਰਲੀ ਬਰਨਿੰਗ ਟੈਂਪਰੇਚਰ ਹੈ ਜੋ ਏਅਰ ਫਿਊਲ ਦੀ ਸਰਦੀ ਨਹੀਂ ਹੋਵੇ, ਜੋ ਕਿ ਗੈਸੋਲੀਨ ਇੰਜਨ ਦੇ ਵਿੱਚ ਯੂਜ਼ ਹੁੰਦਾ ਹੈ। ਡੀਜ਼ਲ ਇੰਜਨ
कदे भी तुसी मैकेनिक कोल जाओ ता इस थर्मोस्टेट नू जरूर चेंज करवाओ ते अपना ताकि तुसी अपनी गड्डी दी प्रॉपरली जो टेंपरेचर रिड्यूसिंग है थर्मोस्टेट दे जरिए दे नाल करवा सको। ਇਹ ਕੁਝ ਹੋਰ ਤਸਵੀਰਾਂ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਥਰਮੋਸਟੈਟ ਕਿਸ ਤਰ੍ਹਾਂ ਹੁੰਦਾ ਹੈ ਤੇ ਕੁਝ ਇਨਫੋਰਮੇਸ਼ਨ ਹੈ ਜੋ ਅਸੀਂ 3D ਦੇ ਨਾਲ ਕਨੈਕਟ ਕੀਤੇ ਨੇ। ਹੁਣ ਅਸੀਂ ਵੱਧਦੇ ਹਾਂ ਅਗਲੀ ਆਪਣੇ ਕੰਪੋਨੈਂਟ ਜੋ ਕਿ ਵਾਟਰ ਪੰਪ ਹੈ। ਵਾਟਰ ਪੰਪ ਯੂਜ਼ਲੀ ਕੀ ਹੁੰਦਾ ਹੈ ਕਿ ਇਹ ਵੈਲ ਡਰਿਵਨ ਹੁੰਦਾ ਹੈ ਜਾਂ ਚੇਨ ਡਰਿਵਨ ਹੁੰਦਾ ਹੈ। ਵੈਲ ਡਰਿਵਨ ਵਾਟਰ ਪੰਪ ਜੋ ਹੁੰਦੇ ਹਨ ਉਹ ਐਕਸਟਰਨਲ ਹੁੰਦੇ ਹਨ, ਜੋ ਚੇਨ ਡਰਿਵਨ ਹੁੰਦੇ ਹਨ ਉਹ ਇੰਟਰਨਲ ਹੁੰਦੇ ਹਨ। ਬੇਸਿਕਲੀ ਕੀ ਹੁੰਦਾ ਕਿ ਅਗਰ ਅਸੀਂ ਦੇਖਿਆ ਹੋਣ ਕਿ ਪੰਪ ਜੋ ਆਮ ਇੰਡੀਆ ਦੇ ਵਿੱਚ ਮੋਟਰਾਂ ਯੂਜ਼ ਕਰਦੇ ਸਨ ਪੁਰਾਣੀਆਂ, ਕਿ ਉਹਨਾਂ ਦੇ ਥੱਲੇ ਇੱਕ ਪੰਪ ਹੁੰਦਾ ਸੀ ਪਾਣੀ ਨੂੰ ਪੰਪ ਕਰਨ ਦੇ ਲਈ। ਇਹ ਸਿਮਿਲਰ ਹੁੰਦਾ ਹੈ ਕਿ ਇਸ ਦੇ ਵਿੱਚ ਇੱਕ ਪ੍ਰੋਪੈਲਰ ਹੁੰਦਾ ਹੈ ਜੋ ਕਿ ਪਾਣੀ ਨੂੰ ਸਰਕੂਲੇਟ ਕਰਦਾ ਹੈ। ਸੋ ਬੇਸਿਕਲੀ ਵਾਟਰ ਪੰਪ ਜਦੋਂ ਗੱਡੀ ਠੰਡੀ ਹੁੰਦੀ ਹੈ ਤਾਂ ਇੰਜਨ ਦੇ ਇੰਟਰਨਲੀ ਜੋ ਸਿਲੰਡਰਸ ਹੁੰਦੇ ਹਨ ਉਹਨਾਂ ਦੇ ਬੋਰਡਸ ਦੇ ਥਰੂ ਸਰਕੂਲੇਟ ਕਰਦਾ ਰਹਿੰਦਾ ਹੈ ਪਾਣੀ। ਜਿਉਂ ਹੀ ਇਸਦਾ ਟੈਂਪਰੇਚਰ 180 ਡਿਗਰੀ ਤੇ ਜਾਂਦਾ ਹੈ ਤਾਂ ਥਰਮੋਸਟੈਟ ਓਪਨਿੰਗ ਹੋਣ ਦੇ ਕਾਰਨ ਜੋ ਵਾਟਰ ਸਰਕੂਲੇਸ਼ਨ ਹੈ ਉਹ ਇੰਜਨ ਟੂ ਰੇਡੀਏਟਰ ਹੋਣੀ ਸ਼ੁਰੂ ਹੋ ਜਾਂਦੀ ਹੈ। ਮੋਸਟ ਕਾਮਨ ਕਾਜ਼ਸ ਹੁੰਦੇ ਹਨ ਕਿ ਅਗਰ ਗੱਡੀ ਓਵਰਹੀਟ ਹੁੰਦੀ ਹੈ ਤਾਂ ਤੁਹਾਡਾ ਜੋ ਹੈਡ ਗੈਸਕਟ ਹੈ ਉਹ ਬਲੋਨ ਹੋ ਜਾਂਦਾ ਹੈ। ਅਗਰ ਤੁਹਾਡਾ ਵਾਟਰ ਪੰਪ ਪ੍ਰੋਪਰਲੀ ਵਾਟਰ ਨਹੀਂ ਸਰਕੂਲੇਟ ਕਰ ਰਿਹਾ ਤਾਂ ਤੁਹਾਡੇ ਜੋ ਸਿਲੰਡਰ ਹੋਲਸ ਨੇ ਉਹਨਾਂ ਨੇ ਹੀਟ ਅਪ ਹੋਣਾ ਸ਼ੁਰੂ ਹੋ ਜਾਣਾ, ਜਿਸ ਦੇ ਕਾਰਨ ਕਿ ਤੁਹਾਡੀ ਗੱਡੀ ਓਵਰਹੀਟ ਹੁੰਦੀ ਹੈ। ਹੈਡ ਗੈਸਕਟ ਜੋ ਕਿ ਤੁਹਾਡਾ ਸਿਲੰਡਰ ਹੈਡ ਤੇ ਇੰਜਨ ਬਲੌਕ ਹੈ ਉਹਨਾਂ ਦੋਨਾਂ ਦੇ ਵਿਚਾਲੇ ਇੱਕ ਜੰਕਸ਼ਨ ਦੀ ਤਰ੍ਹਾਂ ਕੰਮ ਕਰਦਾ ਹੈ। ਸੋ ਇਹ ਇੱਕ ਬੜੀ ਹੀ ਮੇਨ ਚੀਜ਼ ਹੁੰਦੀ ਹੈ ਕਿ ਅਗਰ ਹੈਡ ਗੈਸਕਟ ਬਲੋਨ ਹੋ ਜਾਵੇ ਤਾਂ ਤੁਹਾਡੀ ਗੱਡੀ ਹੈ ਜੋ ਬੇਸਿਕਲੀ ਤੁਹਾਨੂੰ ਪੂਰਾ ਜੋ ਰੀਬਿਲਡ ਕਰਾਉਣਾ ਪੈਂਦਾ ਹੈ ਇੰਜਨ। ਸੋ ਕੂਲਿੰਗ ਸਿਸਟਮ ਦੇ ਵਿੱਚ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਥਰਮੋਸਟੈਟ ਬੜੀ ਮੇਨ ਚੀਜ਼ ਹੈ ਕਿ ਇਸਦੀ ਪ੍ਰੋਪਰ ਓਪਨਿੰਗ ਕਲੋਜ਼ਿੰਗ ਹੋਣੀ ਚਾਹੀਦੀ ਹੈ। ਵਾਟਰ ਪੰਪ ਹੈ ਜੋ ਉਹ ਪ੍ਰੋਪਰਲੀ ਸਰਕੂਲੇਟ ਕਰਦਾ ਹੋਣਾ ਚਾਹੀਦਾ ਹੈ ਵਾਟਰ ਨੂੰ। ਇਹ ਮੇਨ ਚੀਜ਼ਾਂ ਹੁੰਦੀਆਂ ਹਨ। ਡੀਜ਼ਲ ਇੰਜਨ ਦੇ ਵਿੱਚ ਵੀ ਸੇਮ ਹੀ ਹੈ ਅਤੇ ਗੈਸੋਲੀਨ ਇੰਜਨ ਦੇ ਵਿੱਚ ਵੀ ਸੇਮ ਹੀ ਹੈ ਅਤੇ ਇਸ ਦੇ ਵਿੱਚ ਕੋਈ ਵੱਖਰੀ ਚੀਜ਼ ਨਹੀਂ ਹੈਗੀ। ਸੋ ਵਾਟਰ ਪੰਪ ਦੀ ਜੋ ਮਨਿਆਦ ਹੁੰਦੀ ਹੈ ਉਹ ਅਗਰ ਟਾਈਮਿੰਗ ਵੈਲ ਡਰਿਵਨ ਵਾਟਰ ਪੰਪ ਹੈ ਤਾਂ ਉਸਦੀ 60,000 ਮਾਈਲ ਦੀ ਵਾਰੰਟੀ ਲਾਈਫ ਹੁੰਦੀ ਹੈ, ਸੋਰੀ ਵਾਰੰਟੀ ਨਹੀਂ ਲਾਈਫ ਹੁੰਦੀ ਹੈ। ਅਤੇ ਮੈਨੂਫੈਕਚਰ ਹਨ ਜੋ ਕਿ ਉਹ ਹਮੇਸ਼ਾ ਹੀ ਤੁਹਾਨੂੰ ਰੈਕਮੈਂਡ ਕਰਦੇ ਹਨ ਕਿ ਐਵਰੀ 60,000 ਮਾਈਲ ਦੇ ਉੱਤੇ ਵਾਟਰ ਪੰਪ ਜਦੋਂ ਤੁਸੀਂ ਟਾਈਮਿੰਗ ਵੈਲ ਚੇਂਜ ਕਰਵਾਉਣਾ ਤਾਂ ਕਰਵਾਉਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਹੋਰ ਕੰਪੋਨੈਂਟ ਵੀ ਆਉਂਦੇ ਹਨ, ਰਬੜ ਹੋਸਿਸ ਹੁੰਦੀਆਂ ਹਨ। ਹੋਸਿਸ ਕੀ ਹੁੰਦੀਆਂ? ਜਿਸ ਤਰ੍ਹਾਂ ਕਿ ਬਾਈਪਾਸ ਹੋਸ ਹੋ ਗਈ ਜੋ ਕਿ ਤੁਹਾਡੀ ਆਪਣੇ ਹੀਟਰ ਕੋਰ ਨੂੰ ਜਾਂਦੀ ਹੈ, ਅਤੇ ਇਸੇ ਤਰ੍ਹਾਂ ਹੀ ਜੋ ਹੋਸਿਸ ਹਨ ਰੇਡੀਏਟਰ ਨੂੰ ਕਨੈਕਟ ਕਰਦੀਆਂ ਹਨ ਉਹ ਵੀ ਹਨ। ਸੋ ਬੇਸਿਕਲੀ ਇਹਨਾਂ ਸਾਰੀਆਂ ਚੀਜ਼ਾਂ ਦੀ ਮਨਿਆਦ ਹੁੰਦੀ ਹੈ। ਸੋ ਜਦੋਂ ਵੀ ਕਦੇ ਤੁਸੀਂ ਮੇਨਟੇਨੈਂਸ ਦੇ ਲਈ ਗੱਡੀ ਆਪਣੀ ਲੈ ਕੇ ਜਾਂਦੇ ਹੋ ਕਿਸੇ ਮਕੈਨਿਕ ਕੋਲ ਤਾਂ ਉਹ ਚੈੱਕ ਕਰਕੇ ਤੁਹਾਨੂੰ ਦੱਸਦਾ ਹੈ, ਤਾਂ ਉਹਨਾਂ ਨੇ ਇਹ ਚੈੱਕ ਕੀਤਾ ਹੁੰਦਾ ਹੈ ਕਿ ਗੱਡੀ ਦੀ ਜੋ ਪਾਰਟ ਦੀ ਕੰਪੋਨੈਂਟ ਦੀ ਮਨਿਆਦ ਹੈ ਉਹ ਆਲਮੋਸਟ ਖਤਮ ਹੋਣ ਵਾਲੀ ਹੈ। ਸੋ ਇਸ ਕਰਕੇ ਜੋ ਇਹ ਰੈਕਮੈਂਡੇਸ਼ਨਸ ਹੁੰਦੀਆਂ ਨੇ ਇਹਨਾਂ ਨੂੰ ਸਾਨੂੰ ਇਸੇ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਰੈਕਮੈਂਡੇਸ਼ਨ ਸਾਨੂੰ ਜ਼ਰੂਰ ਅਪਣਾਉਣੀਆਂ ਚਾਹੀਦੀਆਂ ਹਨ ਤਾਂ ਕਿ ਅਸੀਂ ਗੱਡੀ ਦੀ ਜੋ ਲਾਈਫ ਹੈ ਉਸਨੂੰ ਲੌਂਗ ਜਿੰਨੀ ਉਸ ਤੋਂ ਵੱਧ ਲਿਜਾ ਸਕੀਏ। ਜੋ ਪਹਿਲਾਂ ਮੈਂ ਐਕਸਪਲੇਨ ਕੀਤਾ ਸੀ ਕਿ ਹਰ ਇੱਕ ਚੀਜ਼ ਦੇ ਯੂਨੋ ਟੈਂਪਰੇਚਰ ਦਾ ਲਿਮਿਟ ਹੈ। ਸੋ 180 ਡਿਗਰੀਜ਼ ਜੋ ਥਰਮੋਸਟੈਟ ਨੂੰ ਓਪਨ ਹੋਣਾ ਚਾਹੀਦਾ, ਮੈਕਸੀਮਮ ਤੁਸੀਂ 220 ਦੇ ਜਾ ਸਕਦੇ ਹੋ। 220 ਤੋਂ ਬਾਅਦ ਜੋ ਕਿ ਅਗਰ ਗੱਡੀ ਜ਼ਿਆਦਾ ਗਰਮ ਹੁੰਦੀ ਹੈ ਤਾਂ ਉਸ ਦੇ ਨਾਲ ਹੈਡ ਗੈਸਕਟ ਡੈਮੇਜ ਹੋਣ ਦਾ ਵੀ ਖਤਰਾ ਹੈ, ਅਤੇ ਉਸ ਦੇ ਨਾਲ ਨਾਲ ਤੁਹਾਡੇ ਕਈ ਵਾਰ ਕੀ ਹੁੰਦੇ ਹਨ ਕਿ ਵਾਲਵ ਵੀ ਵੈਂਟ ਹੋ ਜਾਂਦੇ ਹਨ। ਇੱਕ ਹੋਰ ਬੜਾ ਮਹੱਤਵਪੂਰਨ ਕੰਪੋਨੈਂਟ ਹੁੰਦਾ ਹੈ ਇਸ ਕੂਲਿੰਗ ਸਿਸਟਮ ਦੇ ਵਿੱਚ ਜੋ ਕਿ ਰੇਡੀਏਟਰ ਫੈਨਸ ਹੁੰਦੇ ਆ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਇਲੈਕਟ੍ਰੋਨਿਕ ਰੇਡੀਏਟਰ ਫੈਨਸ ਹਨ, ਮੋਸਟਲੀ ਨਵੀਆਂ ਗੱਡੀਆਂ ਦੇ ਵਿੱਚ ਯੂਜ਼ ਕੀਤੇ ਹਨ। ਇਹ ਰੇਡੀਏਟਰ ਫੈਨ ਜੋ ਹੈ ਉਹ ਕੰਪਿਊਟਰ ਦੀ ਇਨਪੁੱਟ ਦੇ ਨਾਲ ਚੱਲਦੇ ਹਨ। ਬੇਸਿਕਲੀ ਕੰਪਿਊਟਰ ਕੀ ਕਰਦਾ ਹੈ, ਕੰਪਿਊਟਰ ਤੁਹਾਡੀ ਜੋ ਇਨਪੁੱਟ ਕੂਲਿੰਗ ਟੈਂਪਰੇਚਰ ਸੈਂਸਰ ਤੋਂ ਲੈ ਕੇ ਟੈਂਪਰੇਚਰ ਸੈਂਸ ਕਰਕੇ ਉਸੇ ਹਿਸਾਬ ਨਾਲ ਫੈਨਸ ਨੂੰ ਆਨ ਆਫ ਕਰਦਾ ਹੈ। ਅਤੇ ਇਸ ਦੀ ਇੱਕ ਹੋਰ ਵੀ ਚੀਜ਼ ਹੈ ਕਿ ਜੋ ਤੁਹਾਡਾ ਏਅਰ ਕੰਡੀਸ਼ਨਿੰਗ ਹੈ ਉਸ ਦੇ ਲਈ ਵੀ ਇਸ ਨੂੰ ਯੂਜ਼ ਕੀਤਾ ਜਾਂਦਾ ਹੈ, ਤਾਂ ਕਿ ਏਅਰ ਕੰਡੀਸ਼ਨਿੰਗ ਜਦੋਂ ਆਨ ਹੁੰਦਾ ਹੈ ਤਾਂ ਉਹ ਫੈਨਸ ਆਨ ਆਫ ਹੁੰਦੇ ਹਨ। ਅਗਲਾ
अगली गल मैं जरूर दसनी चाहना कि गड्डी दे विच प्रॉपर कूलेंट जरूर यूज करना चाहिए, क्योंकि हर एक मैनुफैक्चर का आपो अपना कूलेंट है। जिस तरह की GM का गड्डिया ने उन्होंने डेक्सकूल यूज हों, जो रेगुलर ग्लाइकोल कूलेंट है वह पहला यूज हों। हूँ हर एक मैनुफैक्चर ने अपने अपने डिफरेंट वक्रे कूलिंग जो कूलेंट ने बनाए हैं, वह प्रॉपर कूलेंट तुम यूज करना चाहिए, क्योंकि जो मिक्सर होंगे उन्होंने वो डिफरेंट होंगे, तुम मिक्स नहीं कर सकते एक दूसरे कूलेंट न। अगर तुम देखा कि तुम्हारा कूलेंट का कलर ग्रीन है तो उस पिंक कलर का कूलेंट नहीं पा सकते। सो इस चीज न जरूर ध्यान रखियो कि जो कूलेंट प्रॉपर गड्डी दे विच यूज हों उसने यूज करो, कि अगर टाइप 1 है या टाइप 2 है, डेक्स कूल है या होर किसी तरह का कूलेंट है, तो उसनु ही रेकमेंडेड कूलेंट नु ही यूज करो, ताकि तुहाडी गड्डी की लाइफ है जो होर वध रहे। क्योंकि अगर कूलिंग सिस्टम की तुसी टेक केयर नहीं करते तो तुहानू गड्डी बड़िया ही प्रॉब्लम दे सकती है, क्योंकि साढ़े को जो शॉप दे विच गड्डियां आउंदियां हन कि बेसिकली कदे किसी ने कोई वाटर पंप नहीं चेंज करवाया हुंदा, जां कदे रेडिएटर नहीं चेंज कराया हुंदा, रेडिएटर लीक होया हुंदा हुंदा, ते लोंग ड्राइव ते गड्डी ले जाण लगदे हन तां ओवरहीट होनी शुरू हो जांदी है। क्योंकि इट डिपेंड करता कि केड़ी कंडीशन दे विच तुसी गड्डी चलाउंदे हो, उस कंडीशन दे हिसाब नाल ही तुहाडी जो पार्ट्स दी डिटेरियोरेशन है वह हुंदी है। सो रेकमेंडेशन यही है कि जो मैनुफैक्चर की एक गाइड हुंदी है उसनु जरूर फॉलो करो, उस हिसाब नाल अपना जो रेडिएटर वाटर पंप जो भी है उसनु चेक करवाओ, ते उसनु चेक करवा के अगर उसकी बुनियाद खत्म हो गया तो उसनु जरूर चेंज करवाओ। रेडिएटर जो कि एक हीट ट्रांसफर भी कहा जाता है, बेसिकली एक ही करता है कि जो हॉट यू नो कूलेंट आता है उसनु बेसिकली कूल ऑफ करके वापस इंजन दे विच भेजता है। एक बार मैं जरूर होर चीजा दस देना चाहना कि जिस तरह कूलिंग सिस्टम दे विच वाटर पंप, बेल्ट, यू नो थर्मोस्टैट, एह दीयां चीजां सब आउंदियां हन, ते इन्हां चीजां नूं जरूर ध्यान विच रखो कि ये चीजां चेंज होण वाली ने। अगर तुहाडी बेल्ट है वह तुसीं कदे चेंज नहीं कराई, क्योंकि बेल्ट्स दी जरूर वध तों वध मुनियाद 30 या 40 हज़ार मील हुंदी है। सो असीं कदी कई बार वह बेल्ट नहीं चेंज करवाउंदे ते बेल्ट टुट जाती है, तो वाटर पंप है जो वह वाटर सर्कुलेशन तो बंद हो जाता है, तो गड्डी ओवरहीट हो जाती है। कुछ गड्डियां हैं जो कि जिन्हों टेंपरेचर हाई टेंपरेचर ते गैस कट नू नहीं अफेक्ट करता, पर कुछ गड्डियां दे जिस तरह कि कुछ हांडाज ने कुछ टोयोटास ने उन्होंने बड़ी ही जल्दी हेड गैस कट ने ब्लो आउट हो जाते हैं। सो इन सारिया चीजा का तुसी जरूर ध्यान रखो, ताकि फ्यूचर दे विच तुहानू इह जिहियां कोई चीजा की प्रॉब्लम ना आवे। साडा मेन मंतव यही हुंदा है कि असीं तुहानू इस शो के जरिए गड्डिया के बारे जानकारू कराइए, क्योंकि गड्डिया की जो रिपेयर है ये कोई सस्ती रिपेयर नहीं होंगी, तो इस चीज़ की तुम पूरी पूरी जानकारी होनी चाहिए कि चीज़ तुम करवा रहे हो, की चीज़ नहीं करवा रहे। तो अगर थोड़े कोई क्वेश्चन होंगे तो सानू जरूर अपना क्वेश्चन है वो ड्राइव टाइम एट CK Time TV के उत्ते भी भेज सकते हो। ते सानू पिछली बार क्वेश्चन आया सीगा रॉबर्ट दा लॉस एंजलस तो, उन्होंने जो कि पिछले शो दे विच असी एक परमानेंट DTC दे उत्ते गलबात कीती सी, तो उन्हां कोल अनफॉर्चुनेटली यही प्रॉब्लम सी, वह पिछले 3-4 महीने तो डील कर रहे सन, ते उन्होंने सानू स्पेशली लिख के भेजा सी कि उस वीडियो दे नाल उन्हां दी बड़ी हैल्प हुई है। सो इह जे सुझाव सानू आउंदे रहिंदे हन, ते वह साडे परमानेंट सबसक्राइबर भी बन गए हन, ते वह उन्होंने ईमेल लिख के सानू थैंक यू किया, असं उन्होंने शाउट आउट करना चाहते हैं, थैंक यू कि तुहाडी फीडबैक के नाल ही साडा शो चलता है। तो अगर तुहाडे कोल भी कोई क्वेश्चन हैं, तुसी कुछ पूछना चाहते हो गड्डी बारे क्वेश्चन, तो जरूर सानू ईमेल लिखो। ईमेल का पता है drivetime@CKTimeTV.com, तो तुसी सानू फेसबुक ते जां अपने यूट्यूब चैनल दे उत्ते जो ये वीडियो है ये भी असी शेयर करते हैं। साडा शो है जो हर वेंसडे दुपहरे 2 बजे आउंदा है, ते इसका रिपीट जो हुंदा है वह थर्सडे नूं शाम नूं भी हुंदा है, ते तुसी इस नूं देख सकदे हो। ते अगर तुहाडे कोल कोई सुझाव हन शो बारे उस उन्हां बारे भी जरूर दसो। असी टाइम टू टाइम जिस तरह पिछले वीक तुहानूं मिलवाया सीगा असी सुखी बात जी नाल, उन्हां ने सानूं बड़ी अच्छियां जानकारियां दित्तियां सी, असी फ्यूचर शोज़ दे विच भी बड़े अच्छे होर जानकारी लई लैके आ रहे हां प्रोग्राम, तां साडे नाल जरूर जुड़े रहना।
ਅੱਜ ਦੇ ਸ਼ੋਅ ਲਈ ਬਸ ਇੰਨਾ ਹੀ ਤੇ ਮੈਨੂੰ ਦਿਓ ਇਜਾਜ਼ਤ ਇੱਕ ਵਾਰ ਫੇਰ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ।